खबर रायकोट तो सामने आ रही है, जिथे रायकोट दे नानकसर रोड ते स्थित सरकारी प्राइमरी स्कूल दी मुख अध्यापक मैडम आशा राणी अते IERT मैडम परमजीत कौर दी देखरेख दे हेठ सिक्ख्या विभाग दीआं हदायतां दे तहत दिव्यांग बच्चों का ब्लाक पद्धरी एक रोज़ा बाल मेला करवाया गया। इस समागम के दौरान इस मेले दे विच दिव्यांग बच्चों के ड्राइंग अते पेंटिंग मुकाबलों के समेत फैंसी ड्रैस अते गीत गाउण दे मुकाबले भी करवाए गए, जिस दे विच बच्चों ने शानदार प्रतिभा का प्रदर्शन किया। इस पूरे समागम दे विच स्कूल प्रिंसीपल अते अध्यापकां दे समेत होर भी कई खास शख्सियतां ने हिस्सा लिया। उन्हां दे वल्लों शमूलियत कीती गई, जिन्हां दा कहना सी कि जेकर दिव्यांग बच्चां नूं अपना हुनर अते योग्यता दिखाउण दा पूरा मौका दित्ता जावे तां उह किसे नालों घट नहीं। उन्हां कहा कि सिक्ख्या विभाग दे वल्लों अजिहे दिव्यांग बच्चों नूं वख-वख सहूलतां मुहैया करवाउण दे लई कोई भी कसर बाकी नहीं छड्डी जाएगी अते जमीनी पद्धर तक होर भी इन्हां सहूलतां नूं पुजदा करन नूं यकीनी बनाया जाएगा। होर की कहना सी उन्हां दा, आओ सुनाउंदिआं तुहानूं। मेरा नाम अमरप्रीत कौर है, मैं डॉक्टर द्वारका नाथ सीनियर सैकेंडरी स्कूल तो स्पैशल अज के इस होरे विशेष लोड़ा वाले बच्चों के विशेष प्रोग्राम के शामिल होने आई हाँ। तो इतने पहुँच के बहुत ज़्यादा खुशी हुई कि इन्ना जो बच्चे ने जिन्होंने असी थोड़ा आम समाज जो तरस की निगाह नाल देखता वा कि उन्होंने किन्नी प्रतिभा है। सारे बच्चों ने आपो अपना हुनर जड़ा वा आप अंदरों कढ़ के बाहर सब दे सामने रखिया, जिस विच उन्होंने गीत कवितावां भाषण और पेंटिंग फैंसी ड्रैस दे विच अपना जो हिस्सा पाया। सारे बच्चों ने ही आपो अपना बेस्ट देण दी कोशिश कीती आ। तो इस दे लई जिहड़ी टीम आ सारी ब्लॉक रायकोट दी प्रशंसा दी पात्र है कि उन्होंने इन्हां बच्चों नूं इन्ना अप्रूव किया ਤਾਂ ਕਿ ਉਹ ਅੱਗੇ ਵਧਣ ਸਕਣ, ਆਮ ਨੋਰਮਲ ਬੱਚਿਆਂ ਦੀ ਤਰ੍ਹਾਂ ਅੱਗੇ ਵੱਧ ਸਕਣ। ਅਤੇ ਸਮਾਜ ਨੂੰ ਵੀ ਚਾਹੀਦਾ, ਆਮ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਤਰਸ ਦੀ ਨਿਗਾਹ ਨਾਲ ਨਾ ਦੇਖਿਆ ਜਾਵੇ, ਇਹਨਾਂ ਨੂੰ ਬਾਕੀ ਬੱਚਿਆਂ ਦੇ ਬਰਾਬਰ ਸਮਝਿਆ ਜਾਵੇ ਅਤੇ ਉਭਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ। ਅਤੇ ਲੇਕਿਨ ਇਸ ਦੇ ਨਾਲ ਨਾਲ ਜ਼ਰੂਰੀ ਹੈ ਕਿ ਅਸੀਂ ਆਪਣੇ ਹਿਰਦੇ ਦੇ ਵਿੱਚ ਆਪਣੇ ਮਨਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਲਈ ਇੱਕ ਨਰਮ ਕੋਨਾ ਜ਼ਰੂਰ ਰੱਖੀਏ ਤਾਂ ਕਿ ਇਹ ਬੱਚੇ ਆਪਣੀ ਜੋ ਇੱਕ ਮੌਲਿਕ ਇੰਡੀਵਿਜੁਅਲੀ ਉਹਨਾਂ ਦਾ ਜੋ ਹੁਨਰ ਹੈ ਉਸਨੂੰ ਬਾਹਰ ਕੱਢ ਸਕਣ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਨਾਗਰਿਕ ਵੀ ਬਣ ਸਕਣ। ਅਤੇ ਇਸ ਲਈ ਸਾਰੀ ਟੀਮ ਅਤੇ ਸਾਰੇ ਬੱਚੇ ਹੀ ਵਧਾਈ ਦੇ ਪਾਤਰ ਨੇ। ਬਹੁਤ ਸ਼ੁਕਰੀਆ ਜੀ। ਮੇਰਾ ਨਾਮ ਸਰ ਪਰਮਜੀਤ ਕੌਰ ਹੈ, ਮੈਂ ਸਪੈਸ਼ਲ ਟੀਚਰ ਹਾਂ ਇਹਨਾਂ ਬੱਚਿਆਂ ਦੀ। ਅੱਜ ਸਾਡਾ ਇਸ ਜਗ੍ਹਾ 'ਤੇ ਇੱਕ ਵਿਸ਼ੇਸ਼ ਬੱਚਿਆਂ ਦਾ ਬਾਲ ਮੇਲਾ ਇੱਕ ਰੋਜ਼ਾ ਆਯੋਜਨ ਕੀਤਾ ਗਿਆ। ਉਸ ਵਿੱਚ ਜੋ ਗਤੀਵਿਧੀਆਂ ਕਰਵਾਈਆਂ ਗਈਆਂ ਬੱਚਿਆਂ ਦੀਆਂ, ਪੇਂਟਿੰਗ ਮੁਕਾਬਲੇ, ਡਰਾਇੰਗ ਮੁਕਾਬਲੇ, ਫੈਂਸੀ ਡਰੈਸ ਮੁਕਾਬਲੇ, ਇਸ ਤਰ੍ਹਾਂ ਬੱਚਿਆਂ ਨੂੰ ਮਤਲਬ ਕਿ ਪੇਰੈਂਟਸ ਨੂੰ ਵੀ ਬੁਲਾਇਆ ਗਿਆ। ਅਤੇ ਸਾਡਾ ਇਹ ਮਕਸਦ ਸੀਗਾ ਇਸ ਪ੍ਰੋਗਰਾਮ ਕਰਵਾਉਣ ਦਾ ਕਿ ਬੱਚੇ ਜੋ ਆ ਸਮਾਜ ਦੇ ਵਿੱਚ ਜੋ ਲੋਕ ਇਹਨਾਂ ਨੂੰ ਨਹੀਂ ਜਾਣਦੇ ਪਰ ਉਹ ਜਾਣ ਸਕਣ, ਔਰ ਜੋ ਲੋਕ ਇਹਨਾਂ ਨੂੰ ਤਰਸ ਦੇ ਆਧਾਰ 'ਤੇ ਦੇਖਦੇ ਆ ਉਹ ਤਰਸ ਦੇ ਆਧਾਰ 'ਤੇ ਨਾ ਦੇਖਣ ਬਲਕਿ ਉਹ ਇਹਨਾਂ ਦੀ ਮਦਦ ਲਈ ਅੱਗੇ ਆਉਣ। ਇਹਨਾਂ ਜਿਹੜੀ ਗਤੀਵਿਧੀਆਂ ਨਾਲ ਉਹਨਾਂ ਦੇ ਅੰਦਰਲੀ ਕੋਈ ਛੁਪੀ ਹੋਈ ਜਿਹੜੀ ਯੋਗਤਾ ਜਾਂ ਪ੍ਰਤਿਭਾ ਉੱਭਰ ਕੇ ਕਿੰਨੀ ਕੁ ਵਾਰ ਆਈ? ਸਰ ਇਹ ਬਹੁਤ ਸਰ ਅੱਗੇ ਆਈ ਆ, ਜਿੰਨਾ ਮਤਲਬ ਕਿ ਅਸੀਂ ਬਾਕੀ ਬੱਚਿਆਂ ਦੇ ਨਾਲੋਂ ਇਹਨਾਂ ਨੂੰ ਜ਼ਿਆਦਾ ਸਮਝ ਸਕਦੇ ਹਾਂ ਕਿ ਬਾਕੀ ਬੱਚੇ ਵੀ ਉਹਨਾਂ ਨਹੀਂ ਕਰ ਸਕਦੇ, ਜਿੰਨਾ ਅਸੀਂ ਕੋਸ਼ਿਸ਼ ਕਰਦੇ ਉਸ ਤੋਂ ਵੀ ਜ਼ਿਆਦਾ ਇਹ ਬੱਚੇ ਮਤਲਬ ਕਿ ਆਪਣਾ ਜੋ ਵੀ ਇਹਨਾਂ ਦੇ ਅੰਦਰ ਕੋਈ ਇਹਨਾਂ ਦੀ ਗਤੀਵਿਧੀ ਕਰਨ ਦੇ ਯੋਗ ਹੈਗੀ ਆ, ਇਹਨਾਂ ਦੀ ਬਹੁਤ ਯੋਗਤਾ। ਬਲਵੀਰ ਸਿੰਘ CHT ਰਾਏਕੋਟ ਮੁੰਡੇ। ਅੱਜ ਦਾ ਜਿਹੜਾ ਫੰਕਸ਼ਨ ਸੀ ਉਹ ਜਿਹੜੇ ਸਾਡੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਉਹਨਾਂ ਨੂੰ ਸਮਰਪਿਤ ਸੀਗਾ। ਵੱਖ ਵੱਖ ਤਰ੍ਹਾਂ ਦੀਆਂ ਦੇ ਜਿਹੜੀਆਂ ਕਿਰਿਆਵਾਂ ਨੇ ਬੱਚਿਆਂ ਦੁਆਰਾ ਕੀਤੀਆਂ ਗਈਆਂ ਨੇ ਅਤੇ ਅੱਜ ਦਾ ਜਿਹੜਾ ਸਮਾਗਮ ਹੈ ਇਹਨਾਂ ਦਿਵਿਆਂਗ ਬੱਚਿਆਂ ਨੂੰ ਸਮਰਪਿਤ ਸੀਗਾ, ਤਾਂ ਜੋ ਸਮਾਜ ਦੇ ਵਿੱਚ ਇਹ ਜਿਹੜੇ ਬੱਚੇ ਨੇ ਇਹ ਵੀ ਆਪਣੀ ਕੋਈ ਜਿਹੜੀ ਜਗ੍ਹਾ ਹੈਗੀ ਆ ਵਿਸ਼ੇਸ਼ ਜਗ੍ਹਾ ਉਹ ਬਣਾ ਸਕਣ, ਜਿਨ੍ਹਾਂ ਨੂੰ ਕਿ ਸਮਾਜ ਦੁਆਰਾ ਇੱਕ ਨਕਾਰਾਤਮਕ ਸੋਚ ਦੇ ਜ਼ਰੀਏ ਇੱਕ ਇਸ ਤਰ੍ਹਾਂ ਇੱਕ ਵੱਖਰੇ ਹੀ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਵਾ। ਅੱਜ ਅਸੀਂ ਉਹਨਾਂ ਬੱਚਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਆ, ਜਿੰਨੇ ਵੀ ਇੱਥੇ ਪ੍ਰਬੰਧਕ ਸੀਗੇ, ਜਿੰਨੇ ਵੀ ਟੀਚਰ ਸਾਹਿਬਾਨ ਇੱਥੇ ਆਏ ਹੋਏ ਸੀਗੇ, ਜਿੰਨੇ ਵੀ ਇੱਥੇ ਸਾਰੇ ਹਾਜ਼ਰੀਨ ਸੀਗੇ, ਜਿੰਨੇ ਵੀ ਇੱਥੇ ਮਾਤਾ ਪਿਤਾ ਆਏ ਨੇ, ਸਾਰਿਆਂ ਨੇ ਹੀ ਇਸ ਪ੍ਰੋਗਰਾਮ ਨੂੰ ਪ੍ਰਫੁੱਲਿਤ ਕਰਨ ਵਾਸਤੇ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਇਆ ਜੀ। ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਡੇ ਪੱਧਰ 'ਤੇ ਹੋਣੇ ਚਾਹੀਦੇ ਨੇ ਅਤੇ ਸਰਕਾਰ ਨੂੰ ਵੀ ਇਹਨਾਂ ਦੀਆਂ ਜਿਹੜੀਆਂ
ਵਿਸ਼ੇਸ਼ ਲੋੜ ਵਾਲੇ ਬੱਚਿਆਂ ਖਾਤਰ ਹੋਰ ਵੀ ਉਪਰਾਲੇ ਕਰਨ ਦੀ ਲੋੜ ਹੈ? ਬਿਲਕੁਲ ਜੀ, ਜਿਹੜੇ ਇਹ ਬੱਚੇ ਨੇ ਸਾਡੇ ਇੱਕ ਸਮਾਜ ਦਾ ਹਿੱਸਾ ਜੀ, ਕਿਉਂਕਿ ਇਹ ਤਾਂ ਪਰਮਾਤਮਾ ਦੀ ਇੱਕ ਕਰੋਪੀ ਆ, ਜੋ ਕਿ ਇਹਨਾਂ ਦਾ ਜਿਹੜਾ ਕੋਈ ਅੰਗ ਅਧੂਰਾ ਰਹਿ ਗਿਆ ਪਰਮਾਤਮਾ ਕਨਿਓ, ਅਤੇ ਅਸੀਂ ਇਹ ਸਰਕਾਰ ਤੋਂ ਨੂੰ ਵੀ ਅਪੀਲ ਕਰਦੇ ਹਾਂ ਅਤੇ ਸਮਾਜ ਨੂੰ ਵੀ ਅਪੀਲ ਕਰਦੇ ਹਾਂ ਵੀ ਸਮਾਜ ਇੱਕ ਤਾਂ ਇਹਨਾਂ ਨੂੰ ਬਰਾਬਰ ਦਾ ਦਰਜਾ ਦੇਵੇ, ਅਤੇ ਦੂਸਰਾ ਇਹ ਹੈਗਾ ਵੀ ਜਿਹੜੀ ਸਰਕਾਰ ਹੈਗੀ ਆ ਥੋੜ੍ਹਾ ਜਿਹਾ ਵੈਸੇ ਧਿਆਨ ਤਾਂ ਦੇ ਰਹੀ ਹੈ, ਨਹੀਂ ਕਹਿੰਦੇ ਵੀ ਧਿਆਨ ਨਹੀਂ ਦੇ ਰਹੇ ਗੇ, ਇਹਨਾਂ ਦੇ ਲਈ ਵੱਖਰੇ ਕੰਪੋਨੈਂਟ ਸ਼ੁਰੂ ਕੀਤੇ ਹੋਏ ਨੇ ਸਰਕਾਰ ਦੁਆਰਾ। ਚਲੋ ਫਿਰ ਵੀ ਕੁਝ ਨਾ ਕੁਝ ਕੋਈ ਊਣ ਤਾਈਆਂ ਰਹਿ ਜਾਂਦੀਆਂ ਨੇ, ਤਾਂ ਅਸੀਂ ਸਰਕਾਰ ਨੂੰ ਹੋਰ ਅਪੀਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਉਭਾਰਨ ਦੇ ਲਈ ਜੇਕਰ ਇਸ ਤਰ੍ਹਾਂ ਦੇ ਹੋਰ ਵੱਡੇ ਪੱਧਰ 'ਤੇ ਸਮਾਗਮ ਕੀਤੇ ਜਾਣ ਤਾਂ ਬਹੁਤ ਹੀ ਚੰਗਾ ਹੋਊਗਾ ਜੀ।